ਜਿਹੜੀਆਂ ਮੀਟਿੰਗਾਂ ਇਹ ਕਰਨੀਆਂ ਚਾਹੁੰਦੇ ਨੇ ਕਿਸਾਨ ਯੂਨੀਅਨਾਂ ਨਾਲ, ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਿ ਸਾਨੂੰ ਇਹ ਕੋਈ ਰਿਸਪੌਂਸ ਦੇਣਗੇ। ਇਸ ਕਰਕੇ ਜਿਹੜੀ ਇਹਨਾਂ ਨੇ ਮੰਡੀ ਬੋਰਡ ਖਤਮ ਕੀਤਾ ਆ, ਮੰਡੀ ਬੋਰਡ ਖਤਮ ਹੋਣ ਨਾਲ ਪੰਜਾਬ ਦੇ ਕਿਸਾਨ ਦਾ ਇੰਨਾ ਨੁਕਸਾਨ ਹੋਏਗਾ ਕਿ ਕੋਈ ਖਰੀਦਣ ਵਾਲਾ, ਸਾਨੂੰ ਸਰਕਾਰੀ ਏਜੰਸੀਆਂ ਖਰੀਦੀਆਂ ਨੇ ਤੇ ਉਹ ਅਨਾਜ ਪੰਜਾਬ 'ਚ ਰਹਿੰਦਾ ਵਾ ਤੇ ਉਹ ਅਨਾਜ ਦਾ ਜਿਹੜਾ ਮਾਰਕੀਟ ਕਮੇਟੀ ਫੀਸ ਵਾ, ਜਿਹੜੀ ਮੰਡੀ ਬੋਰਡ ਦੀ ਫੀਸ ਆ, ਉਸੇ ਪੈਸੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੁੰਦੀ ਆ। ਉਹ ਜਿਹੜਾ ਮੰਡੀ ਬੋਰਡ ਖਤਮ ਹੋ ਗਿਆ, ਉਹਦੀ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਉਹਦੀ ਫੀਸ ਵਾ, ਉਹ ਪੰਜਾਬ ਸਰਕਾਰ ਪੰਜਾਬ 'ਚ ਨਹੀਂ ਰਹੇਗੀ, ਉਹ ਮੋਦੀ ਘਰਾਣਿਆਂ ਨੂੰ ਚਲੇ ਜਾਵੇਗੀ, ਉਹ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਚਲੇ ਜਾਵੇਗੀ। ਜਦੋਂ ਪੰਜਾਬ ਵਿੱਚ ਅਨਾਜ ਨਾ ਰਿਹਾ ਤੇ ਜਿਹੜੇ ਲੋਕਾਂ ਨੂੰ 2 ਰੁਪਏ ਕਣਕ ਮਿਲਦੀ ਆ ਜਾਂ ਹੋਰ ਸਹੂਲਤਾਂ ਮਿਲਦੀਆਂ, ਉਹ ਵੀ ਖਤਮ ਹੋ ਜਾਣਗੀਆਂ। ਇਸ ਕਰਕੇ ਸਾਨੂੰ ਇਹਨਾਂ ਲੋਕਾਂ 'ਤੇ, ਇਹਨਾਂ ਸ਼ਾਹੂਕਾਰਾਂ 'ਤੇ, ਇਹਨਾਂ ਕਾਰਪੋਰੇਟ ਘਰਾਣਿਆਂ 'ਤੇ ਸਾਨੂੰ ਕੋਈ ਯਕੀਨ ਨਹੀਂਗਾ ਵੀ ਇਹ ਸਾਨੂੰ ਮੀਟਿੰਗਾਂ ਦੇ ਵਿੱਚ ਕੋਈ ਸਾਨੂੰ ਆਸ ਬੱਝੀ ਹੋਵੇ ਵੀ ਇਹ ਕੋਈ ਸਾਨੂੰ ਦੇਣਗੇ। ਇਹਨਾਂ ਤੋਂ ਕੋਈ ਸਾਨੂੰ ਆਸ ਨਹੀਂ। ਜਿੰਨਾ ਚਿਰ ਇਹਨਾਂ ਦਾ ਨਕਸ਼ ਨਹੀਂ ਦਮ ਕੀਤਾ ਜਾਂਦਾ, ਜਿੰਨਾ ਚਿਰ ਇਹਨਾਂ ਦੀਆਂ ਰਗਾਂ ਨੂੰ ਹੱਥ ਨਹੀਂ ਪੈਂਦਾ, ਉਹਨਾਂ ਚਿਰ ਇਹਨਾਂ ਕੁਛ ਨਹੀਂ ਦੇਣਾ। ਜਦੋਂ ਇਹਨਾਂ ਦੇ ਆਖਰੀ ਦਮਾਂ ਤੱਕ ਅਸੀਂ ਲੜਾਂਗੇ ਤੇ ਫਿਰ ਸਾਨੂੰ ਕੋਈ ਪ੍ਰਾਪਤੀ ਹੋਵੇਗੀ। ਅਸੀਂ ਜਦੋਂ ਤੱਕ ਵੀ ਸਾਡਾ ਇਹ ਸੰਘਰਸ਼ ਜਾਰੀ ਰਹੇਗਾ, ਜਿੰਨਾ ਚਿਰ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਵੇਗੀ, ਜਿੰਨਾ ਚਿਰ ਸਾਡੀ ਰਾਖੀ ਕਰਨ ਵਾਲਾ ਕੋਈ ਮੁੱਦਾ ਨਹੀਂ ਬਣਦਾ, ਉਹਨਾਂ ਚਿਰ ਅਸੀਂ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ, ਨਾ ਇਹਨਾਂ ਦੀ ਮੀਟਿੰਗ 'ਚ ਜਾਵਾਂਗੇ। ਗੁਰਦਾਸਪੁਰ ਦੇ ਹੋ, ਗੁਰਦਾਸਪੁਰ ਦੇ ਰਹਿਣ ਵਾਲੇ ਹੋ, ਐਮਪੀ ਗੁਰਦਾਸਪੁਰ ਦੇ ਸਨੀ ਦਿਓਲ ਸੀ, ਉਹ ਕਿੱਦਾਂ ਦੇਖਦੇ ਹੋ? ਉਹ ਸਨੀ ਦਿਓਲ ਐਕਟਰ ਆ ਜੀ, ਉਹਨੇ ਕਿਹਾ ਮੇਰਾ 2.5 ਕਿਲੋ ਦਾ ਹੱਥ ਵਾ। ਉਹ ਪੰਜਾਬ ਦੇ ਵਿੱਚ ਪਹਿਲਾਂ ਵੀ ਨਹੀਂ ਵੜਿਆ ਜਦੋਂ ਦਾ ਐਮਪੀ ਬਣਿਆ, ਤੇ ਹੁਣ ਤੇ ਬਿਲਕੁਲ ਹੀ ਨਹੀਂ ਵੜਨਾ। ਉਹਨੂੰ ਪਤਾ ਵਾ ਵੀ ਜੇ ਮੈਂ ਪੰਜਾਬ 'ਚ ਗਿਆ ਤੇ ਇਹਨਾਂ ਦੇ ਅਗਲੇ ਜਿਹੜੇ ਭਾਜਪਾ ਦੇ ਲੀਡਰ ਨੇ, ਅਗਲੇ ਜਿਹੜੇ ਭਾਜਪਾ ਦੇ ਮੰਤਰੀ ਨੇ, ਐਮਐਲਏ ਨੇ, ਇਹ ਜਿਹੜੇ ਇਹਨਾਂ ਦੇ ਵਰਕਰ ਨੇ, ਉਹਨਾਂ ਨੂੰ ਘੇਰਿਆ ਵਾ, ਤੇ ਇਹਨੂੰ ਕਿੱਦਾਂ ਮਾਫ ਕਰਾਂਗੇ ਅਸੀਂ? ਇਹਨੂੰ ਪੰਜਾਬ ਦੇ ਵਿੱਚ ਵੜਨੀ, ਗੁਰਦਾਸਪੁਰ 'ਚ ਨਹੀਂ ਆਉਣ ਦਿਆਂਗੇ। ਹੁਣ ਜੇ ਆਵੇਗਾ, ਗੁਰਦਾਸਪੁਰ ਦੇ ਲੋਕਾਂ ਨਾਲ ਬੜੀ ਵੱਡੀ ਵੋਟ ਨਾਲ ਜਿੱਤ, ਹਾਂ, ਇਹਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਵੀ ਇਹ ਹੈਗਾ ਐਕਟਰ, ਇੱਕ ਹੈਗਾ ਇਹ ਫਿਲਮੀ ਐਕਟਰ ਹੀ, ਇਹਦਾ ਕਰਕੇ ਨੌਜਵਾਨਾਂ ਪੀੜ੍ਹੀਆਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨੂੰ ਜਿਤਾਇਆ ਵੀ ਇਹ ਸਾਡਾ ਹਰਮਨ ਪਿਆਰਾ ਐਕਟਰ ਵਾ। ਪਰ ਇਹਨੇ ਉਹ ਗੱਲ ਨਹੀਂ ਕੀਤੀ ਕੋਈ ਗੁਰਦਾਸਪੁਰ ਦੀ, ਜਿਵੇਂ ਇਹ ਬਣਿਆ ਵਾ ਇਹਨੇ ਸਾਡੇ ਪੰਜਾਬ ਵੱਲ ਦੇ ਗੁਰਦਾਸਪੁਰ ਵੱਲ ਵੇਖਿਆ ਵੀ ਨਹੀਂ। ਇਹਨੇ ਕਿਹੜਾ ਕੰਮ ਕੀਤਾ ਵਾ? ਸਾਲ ਸਵਾ ਸਾਲ ਹੋ ਗਿਆ ਇਹਨੇ ਸਰਕਾਰ ਬਣੀ ਨੂੰ, ਇਹ ਅਜੇ ਤੱਕ ਕਿਸੇ ਨੂੰ ਮਿਲਿਆ ਹੀ ਨਹੀਂ, ਕਿਸੇ ਲੀਡਰ ਕਿਸੇ ਵਰਕਰ ਨੂੰ ਮਿਲਿਆ ਹੀ ਨਹੀਂ, ਕਦੀ ਆਇਆ ਨਹੀਂ। ਜੇ ਆਇਆ ਤੇ ਪਠਾਨਕੋਟ ਜਹਾਜ਼ ਦੇ ਉਤਰਦਾ ਤੇ ਉੱਥੋਂ ਹੀ ਵਾਸਪੇ ਚਲੇ ਜਾਂਦਾ। ਹੁਣ ਇਹਨੂੰ ਇਹ ਪਤਾ ਵਾ ਵੀ ਜਦੋਂ ਮੈਂ ਗਿਆ ਤੇ ਮੈਨੂੰ ਇਹਨਾਂ ਪੰਜਾਬ ਦੇ ਲੋਕਾਂ ਨੇ ਘੇਰ ਲੈਣਾ, ਮੇਰਾ ਆਉਣਾ ਵੀ ਬੰਦ ਹੋ ਜਾਣਾ, ਇਸ ਕਰਕੇ ਇਹ ਡਰਦਾ ਹੀ ਨਹੀਂ ਆ ਰਿਹਾ। ਹਾਂਜੀ, ਮੇਰਾ ਨਾਮ ਲਖਵਿੰਦਰ ਸਿੰਘ ਮੰਜਿਆ ਵਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਜ਼ਿਲ੍ਹਾ ਗੁਰਦਾਸਪੁਰ। ਇਹ ਧਰਨਾ ਸਾਡਾ 1 ਤਰੀਕ ਤੋਂ ਚੱਲ ਰਿਹਾ ਅਣਮਿੱਥੇ ਸਮੇਂ ਲਈ, ਤੇ ਅਣਮਿੱਥੇ ਸਮੇਂ ਲਈ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਇਹ ਆਰਡੀਨੈਂਸਾਂ ਨੂੰ ਰੱਦ ਕਰਾਉਣ ਵਾਸਤੇ ਮੋਦੀ ਸਰਕਾਰ ਕੋਈ ਫੈਸਲਾ ਨਹੀਂ ਕਰਦੀ, ਉਹਨਾਂ ਚਿਰ ਜਾਰੀ ਰਹੂ। ਜਿਵੇਂ ਕਿ ਇੱਕ ਕੱਲ ਮੀਟਿੰਗ ਵੀ ਸੱਦੀ ਗਈ ਹੈ, ਲੇਕਿਨ ਤੁਹਾਡੀਆਂ ਜਥੇਬੰਦੀਆਂ ਨੇ ਉਸ ਮੀਟਿੰਗ 'ਚ ਸ਼ਾਮਲ ਨਹੀਂ। ਇਹ ਜਿਹੜੀ ਮੀਟਿੰਗ ਦਾ ਉਹਨਾਂ ਤੁਸੀਂ ਕਹਿੰਦੇ ਹੋ, ਉਹ ਮੀਟਿੰਗ ਸਾਨੂੰ ਪਤਾ ਵੀ ਉਹ ਵੈਸੇ ਹੀ ਉਹਨਾਂ ਨੇ ਸੱਦੀ ਆ, ਵੀਡੀਓ ਕਾਨਫਰੰਸ ਵਾਲੀ ਕਾਹਦੀ ਮੀਟਿੰਗ ਹੋਣੀ ਆ? ਉਹ ਤਾਂ ਸਿਰਫ ਵਹਿੰਦੇ ਆ ਵੀ ਕਿਵੇਂ ਇਹ ਬੋਲਦੇ ਆ ਬਸ, ਇਸ ਕਰਕੇ ਉਹ ਮੀਟਿੰਗ ਦਾ ਕੋਈ ਤੁੱਕ ਨਹੀਂ ਨਿਕਲਣਾ। ਮੀਟਿੰਗਾਂ ਅਜੇ 4-5 ਚੱਲਣਗੀਆਂ, ਅਜੇ ਆਪਾਂ ਨੂੰ ਇਸ ਮੀਟਿੰਗ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਵੀ ਇਹਦੇ 'ਚ ਕੋਈ ਫੈਸਲਾ ਆਊਗਾ। ਔਰ ਜੇ ਤੁਹਾਡੇ ਧਰਨੇ ਦੀ ਗੱਲ ਕਰੀਏ ਤਾਂ ਕਿਸਾਨ ਦੀ ਇੱਕ ਪਾਸੇ ਵਾਢੀ ਤੇ ਦੇਣਾ, ਤੇ ਕਿਵੇਂ ਕਿਸਾਨ ਮੈਨੇਜ ਕਰਦਾ ਪਿਆ, ਇਹ ਤੁਸੀਂ ਕਿਵੇਂ ਇਸ ਜਗ੍ਹਾ 'ਤੇ ਮੈਨੇਜ ਕਰਦੇ ਹੋ? ਤੁਹਾਨੂੰ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਪਰ ਜਿਹੜੇ ਸਾਡੇ ਪਿੰਡ ਆ, ਜਿਹੜੀਆਂ ਸਾਡੀਆਂ ਕਮੇਟੀਆਂ ਨੇ, ਉਹਦੇ ਵਿੱਚ ਸਾਡੇ ਮਤਲਬ ਏਕਤਾ ਵਾ। ਉਹ ਜਿਹੜਾ ਵੀ ਕਿਸਾਨ ਇੱਥੇ ਰਹੂਗਾ, ਉਹਦਾ ਝੋਨੇ ਦਾ ਵਾਢੀ ਦਾ, ਉਹਦਾ ਮਤਲਬ ਫਸਲ ਬੀਜਣ ਦਾ, ਉਹ ਸਾਰਾ ਪ੍ਰਬੰਧ ਪਿੰਡ ਵਾਲੇ ਕਰਦੇ। ਪਿੰਡਾਂ 'ਚ ਕੀ ਮਾਹੌਲ ਆ? ਪਿੰਡਾਂ ਦੇ ਵਿੱਚ ਕੀ ਆਵਾਜ਼? ਪਿੰਡਾਂ ਦੇ ਵਿੱਚ ਬਹੁਤ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ। ਪਿੰਡਾਂ ਦੇ ਵਿੱਚ ਲੋਕਾਂ ਨੂੰ ਆ ਤੁਹਾਡੇ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਬਹੁਤ ਜਾਣਕਾਰੀ ਮਿਲੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਰਡੀਨੈਂਸ ਜਾਰੀ ਹੁੰਦੇ ਆ ਤਾਂ ਇਹਨਾਂ ਨੇ ਮਤਲਬ ਬਹੁਤ ਮਾੜੀ ਹਾਲਤ ਕਰ ਦੇਣੀ ਆ, ਕੋਈ ਫਸਲ ਦਾ ਸਾਡੀ ਦਾ ਮੁੱਲ ਨਹੀਂ ਮਿਲਣਾ। ਉਲਟਾ ਜਿਹੜੇ ਉਹ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਨੱਪੀ ਬੈਠੇ ਆ ਸੀ, ਇਹ ਸਾਡੀਆਂ ਜ਼ਮੀਨਾਂ ਠੇਕੇ 'ਤੇ ਲੈਣ ਵਾਸਤੇ ਆ ਰਹੇ ਆ। ਠੇਕੇ 'ਤੇ ਲੈ ਕੇ ਬਹਾਨਾ ਹੀ ਆਉਣ ਵਾਲੇ ਸਮੇਂ 'ਚ ਮੁੜ ਕੇ ਜਦੋਂ ਇੱਕ ਵਾਰ ਲੈ ਲਈਆਂ ਮੁੜ ਕੇ ਛੱਡਣੀਆਂ ਨਹੀਂ ਇਹਨਾਂ। ਇਸ ਕਰਕੇ ਅਸੀਂ ਪੱਕਾ ਮੋਰਚਾ ਲਾਇਆ, ਜਿੰਨਾ ਚਿਰ ਇਹ ਆਰਡੀਨੈਂਸ ਦੇ ਵਿੱਚ ਕੋਈ ਗਰੰਟੀ ਨਹੀਂ ਕਰਦੇ ਵੀ ਇਹ ਜਿਹੜਾ ਕਿਸਾਨ ਦੀ ਜਿੰਸ ਦਾ ਰੇਟ ਹੈ ਇਹਦੀ ਗਰੰਟੀ ਆਪਾਂ ਕਰਦੇ ਹਾਂ ਵੀ ਇਹ ਪੱਕਾ ਰਹੂਗਾ, ਉਹਨਾਂ ਚਿਰ ਅਸੀਂ ਇਹ ਮੋਰਚਾ ਨਹੀਂ ਛੱਡਣਾ। ਜਿਹੜਾ ਇਹ ਕੋਈ ਕਿਸਾਨ ਦੇ ਹੱਕ 'ਚ ਗੱਲ ਨਹੀਂ ਗਈ ਹੈਗੀ। ਇਹ ਰੈਲੀਆਂ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਹੈਗਾ, ਰੈਲੀਆਂ ਕੱਢਦੇ ਆ ਜਿਵੇਂ ਟੂਰਿਸਟ ਕਿਤੇ ਚੱਲੇ ਹੁੰਦੇ ਆ। ਇਹ ਰੈਲੀਆਂ ਵਾਲੀ ਕੋਈ ਗੱਲਬਾਤ ਨਹੀਂ ਇਹਨਾਂ ਦੀ ਹੈਗੀ। ਇਹ ਸਭ ਚੋਰ ਕੁੱਤੀ ਰਲੇ ਆ। ਇਹ ਰੈਲੀਆਂ ਕੱਢਦੇ, ਹੁਣ ਹਰਿਆਣੇ 'ਚ ਰੈਲੀ ਕੱਢੀ ਇਹਨੇ, ਉੱਥੇ ਲੋਕਾਂ ਨੂੰ ਥੋੜ੍ਹਾ ਜਿਹਾ ਮਤਲਬ ਦੱਸਿਆ ਇਹਨੂੰ ਵੀ ਰੈਲੀ ਕਿੱਦਾਂ ਕੱਢੀ ਦੀ ਆ। ਇਹ ਰੈਲੀ ਦਾ ਸਵਾਲ ਫਿਰ ਆ ਸਾਡੇ ਕਿਸਾਨਾਂ 'ਚ ਆਣ ਕੇ, ਕਿਤੇ ਕਿਸਾਨ ਆ ਇਹ, ਕਿਸਾਨਾਂ 'ਚ ਆਣ ਕੇ ਇੱਥੇ ਕਿਸੇ ਝੰਡੇ ਥੱਲੇ ਵੀ ਗਿਆ, ਉੱਧਰ ਸਭ ਲੱਗੇ ਧਰਨੇ, ਕਿਸੇ ਥੱਲੇ ਵੀ ਗਿਆ ਝੰਡੇ ਥੱਲੇ, ਆਪਣਾ ਝੰਡਾ ਛੱਡ ਕੇ ਕਿਸਾਨਾਂ 'ਚ ਆਣ ਕੇ ਬਹਿਣ। ਕੋਈ ਪਾਰਟੀ ਵੀ ਬਹਿ ਜੇ ਅਸੀਂ ਕਹਾਂਗੇ ਸਾਡੀ ਪਾਰਟੀ ਆ, ਚਲੋ ਸਾਡੇ ਨਾਲ ਹਮਾਇਤ ਕਰਦੀ ਆ। ਇਹ ਤਾਂ ਆਪਣੀਆਂ 2000 ਜਿਹੜੀਆਂ 22 ਦਾ ਇਲੈਕਸ਼ਨ ਆ ਨਾ, ਉਹ ਇਹਨਾਂ ਇਰਾਦਾ ਵੀ ਕਿਹੜੇ ਟਾਈਮ ਹੋਏ ਸਾਡੇ ਹੱਥ 'ਚ ਆ ਜੇ, ਉਹ ਕਹਿੰਦੇ ਸਾਡੇ 'ਚ ਆ ਜੇ। ਜੇ ਅਕਾਲੀ ਦਲ ਦੀ ਗੱਲ ਕਰਨਾ ਤਾਂ ਪਹਿਲਾਂ 2 ਮਹੀਨੇ ਤਾਂ ਕਹਿੰਦੇ ਰਹੇ ਠੀਕ ਆ ਇਹ ਬਿਲਕੁਲ ਠੀਕ ਆ, ਤੇ ਜਦੋਂ ਮਤਲਬ ਕਿਸਾਨਾਂ ਦਾ ਵਿਰੋਧ ਸੁਣਿਆ ਉਦੋਂ ਕਹਿੰਦੇ ਅਸੀਂ ਇਹ ਕੁਰਬਾਨੀ ਹੋ ਗਈ ਸਾਡੀ ਆ। ਉਹ ਕੁਰਬਾਨੀਆਂ ਇੱਦਾਂ ਨਹੀਂ ਦਿੱਤੀਆਂ ਜਾਂਦੀਆਂ ਹੈਗੀਆਂ, ਉਹ ਦਬਾਅ ਕਰਕੇ ਇਹਨਾਂ ਕੁਰਬਾਨੀ ਵਾਲਾ ਕਿਹੜਾ ਕੰਮ ਕੀਤਾ ਹੈਗਾ, ਉਹ ਦਬਾਅ ਕਰਕੇ ਕੁਰਸੀ ਕਹਿੰਦੇ ਛੱਡਦੀ ਆ। ਉਹਨਾਂ ਕੁਝ ਮਾੜਾ ਮੋੜੇ ਬਦਲੇ ਆ ਤੇ ਉਹਨਾਂ ਕੁਰਸੀ ਉਹਨਾਂ ਕਹਿ ਜਾਓ। ਅੱਛਾ, ਅੱਜ ਕਿਸਾਨ ਕੀ ਸਮਝਦਾ ਕਿ ਅੱਜ ਕਿਸਾਨ ਕਿਹੜਾ ਰੁਖ ਅਪਣਾ ਕੇ ਬੈਠਾ? ਜੇ ਰਾਜਨੀਤਿਕ ਪਾਰਟੀਆਂ ਤੁਹਾਨੂੰ ਲੱਗਦਾ ਕਿ ਉਹ ਡਰਾਮਾ, ਤੇ ਫਿਰ ਤੁਸੀਂ ਕੀ ਰੁਖ ਅਪਣਾ ਕੇ ਬੈਠੇ? ਅਸੀਂ ਹੁਣ ਗਾਂ ਕੋਈ ਸੂਬੇ ਵਾਲੇ ਗਾਂ ਸੋਚਣਗੇ ਇਸ ਬਾਰੇ ਵੀ ਕੀ ਗਾਂ ਦਾ ਰੁਖ ਚਾਹੀਦਾ। ਹੁਣ ਜੇ ਤੁਸੀਂ ਉਹਦੀ ਗੱਲ ਕੀਤੀ ਆ, ਆਪਣੇ ਐਕਟਰ ਦੀ ਗੱਲ ਕੀਤੀ ਆ, ਤੇ ਉਹ ਜਿਹੜਾ ਇੱਧਰੋਂ ਹੰਬੋਰੋਂ ਲੈ ਆਉਂਦਾ ਸੀ ਉਹਨੇ ਕੱਖ ਨਹੀਂ 2 ਸਾਲ ਕੀਤਾ ਹੈਗਾ, ਤੇ ਲੋਕਾਂ ਸੋਚਿਆ ਸ਼ਾਇਦ ਇਹ ਕਰ ਦੂਗਾ। ਕਿੱਧਰ ਜਾਣ ਲੋਕ, ਭਾਜੇ ਕਿੱਧਰ ਨੂੰ ਜਲ ਜਾਣ ਲੋਕ। ਇਹਨਾਂ ਉੱਥੋਂ ਦੁਖੀ ਆਏ ਆ, ਇਸ ਵਾਰ ਦੁਖੀ ਆ ਪੂਰੇ। ਹੁਣ ਲੋਕ ਚਲੇ ਗਏ ਸੜਕਾਂ ਤੇ, ਮੁੜ ਕੇ ਇਹਨਾਂ ਨੇ ਹੁਣ ਪੈਰਾਂ ਤੋਂ ਲਾਉਣੇ ਆ, ਤੇ ਇਹਨਾਂ ਨੂੰ ਉਹ ਹਜ਼ਾਰ ਪੈਣੇ ਜੇ ਐਰਕੀ ਵੋਟਾਂ 'ਚ, ਤੇ ਪੈਣੇ ਵੀ ਸਾਰਿਆਂ ਨੂੰ ਜੇ ਇੱਕ ਨੂੰ ਨਹੀਂ, ਵੀ ਇੱਕ ਰਹਿ ਜਾਊਗਾ, ਕੋਈ ਆਮ ਰਹਿ ਜਾਊਗਾ, ਖਾਸ ਰਹਿ ਜਾਊਗਾ। ਆਮ ਵਾਲੇ ਇੱਥੇ ਕੁਛ ਬੋਲਦੇ ਆ, ਉੱਥੇ ਜਾ ਕੇ ਦਿੱਲੀ ਕੁਛ ਬੋਲਣ ਡੈ ਪੈਂਦੇ ਆ। ਸਾਡੇ ਧੂੰਏ ਬਾਰੇ, ਕਿਸਾਨ ਦੇ ਬਾਰੇ ਤਾਂ ਗਲਤ ਬੋਲਦਾ ਨਾ ਜਿਹੜਾ ਬੋਲਦਾ, ਉੱਧਰ ਧੂੰਆਂ ਸਾਡਾ ਵੀ ਚੱਲ ਜਾਂਦਾ, ਧੂੰਆਂ ਆਮ ਵਾਲਿਆਂ ਨੂੰ ਵੀ ਰੜਕਦਾ। ਤੇ ਕਾਂਗਰਸ ਨੂੰ ਇਹ ਹਾਰ ਹੀ ਪੈਣੇ ਜ਼ਾਹਰ ਕੀ, ਤੁਹਾਨੂੰ ਦੱਸਿਆ ਉਹ ਪਾਏ ਜੇ, ਉਹ ਦੇਖੋ ਮੋਦੀ ਜੀ ਉੱਧਰ ਹੀ ਪਾਏ, ਉੱਧਰ ਹੀ ਪਏ ਆ। ਹੁਣ ਜਦੋਂ ਆਉਣਗੇ, ਹੁਣ ਇਹੋ ਹੀ ਸਾਡੇ ਕੋਲ ਰਹਿ ਗਿਆ, ਕਿਸਾਨਾਂ ਕੋਲ ਹੋਰ ਕੁਛ ਨਹੀਂ ਜੇ।